हां जी दोस्तों, बहुत बहुत स्वागत है तुहाडे सारेयां दा। भाई जी, मैं तुहानू पता ही, आपां 10वीं क्लास वाले हां ते इंग्लिश दे चैप्टर कर रहे सीगे। ते दोस्तों, अज असीं आ चुके हां अपने चैप्टर नंबर 7 ते, यानी कि तुहाडा जिहड़ी मेन कोर्स दी जिहड़ी बुक सीगी चैप्टर नंबर 7, जिसका नाम हैगा द मेकिंग ऑफ द अर्थ। ते इस दे राइटर हैगे आ जवाहर लाल नेहरू। ते दोस्तों, हजे तक अपने 6 चैप्टर हो चुके ने जी, यानी कि पहला चैप्टर तुहाडा द हैप्पी प्रिंस, फिर उस तो बाद वेयर इज साइंस टेकिंग अस, ते उस तो बाद आपा कीता सीगा सीक्रेट ऑफ हैप्पीनेस, फिर ए गिफ्ट फॉर क्रिसमस सम, फिर उस तो बाद आपा कीता सम ग्लिम्पिसिस ऑफ एनिशिएंट इंडियन थाउट एंड प्रैक्टिस, ते उस तो बाद कीता द होमकमिंग। ते दोस्तों, जेडे ये 6 चैप्टर ने, जिन्हें ने नहीं देखे, लिंक इन डिस्क्रिप्शन आ। ते बाकी दोस्तों, प्लेलिस्ट दे विच 10th क्लास इंग्लिश नेम तो प्लेलिस्ट भी बनी हुई आ, उस दे विच सारे चैप्टर तुहाडे सीक्वेंस वाइज दित्ते हुए ने। ठीक है दोस्तों, तुसी उत्थों भी देख सकते हो, बाकी दोस्तों लिंक इन डिस्क्रिप्शन भी हैगा वा। ते दोस्तों, अज करांगे तुहाडा चैप्टर नंबर 7, जिसका नाम हैगा द मेकिंग ऑफ द अर्थ। ठीक है दोस्तों, इस दे राइटर हैगे आ जवाहर लाल नेहरू। ते दोस्तों, चलो वीडियो शुरू करते हां। ते दोस्तों, जिहड़ा तुहाडा इह चैप्टर आ, इसका यही मतलब आ कि जिहड़ा अर्थ आ उह किस तरह बनिया। ठीक है जी, शुरू दे विच उह किस तरह दा सीगा, कित्थों आया, ठीक है जी, ते हुण कित्थे स्टैंड कर रिहा, ते पहला किस तरह दा सीगा, ते हुण किस तरह दा वा, इसे गल्लां नूं ध्यान रखदे होए जिहड़ा राइटर आ सानूं उहने इह दस्सिया वा। ठीक है दोस्तों, ते दोस्तों जिहड़ा तुहाडा इह चैप्टर आ, इहदे विच इक फादर ने अपनी बेटी नूं इक लैटर लिखी आ, अते उस लैटर दा ही इक अंश है इह तुहाडा चैप्टर। ठीक है दोस्तों, इहदे विच इक फादर अपनी ਧੀ ਨੂੰ ਜਾਂ ਆਪਣੀ ਬੇਟੀ ਨੂੰ ਜਾਂ ਫਿਰ ਆਪਣੀ ਡਾਟਰ ਨੂੰ, ਠੀਕ ਹੈ ਜੀ, ਇੱਕ ਲੈਟਰ ਲਿਖ ਰਿਹਾ ਵਾ ਤੇ ਦੱਸ ਰਿਹਾ ਵਾ ਕਿ ਜਿਹੜਾ ਸੂਰਜ, ਚੰਦ, ਤਾਰੇ ਅਤੇ ਜਿਹੜਾ ਆਪਣੇ ਅਰਥ ਆ ਉਸਦੇ ਬਾਰੇ ਗੱਲਾਂ ਦੱਸ ਰਿਹਾ ਸੰਖੇਪ ਦੇ ਵਿੱਚ ਕਿ ਸਭ ਤੋਂ ਵੱਡਾ ਕੌਣ ਆ, ਠੀਕ ਹੈ ਜੀ, ਤੇ ਤਾਰੇ ਕਿਉਂ ਚਮਕਦੇ ਨੇ, ਗ੍ਰਹਿ ਕਿਉਂ ਨਹੀਂ ਚਮਕਦੇ, ਠੀਕ ਹੈ ਜੀ, ਤੇ ਜਿਹੜਾ ਸੂਰਜ ਆ ਉਹ ਇੰਨਾ ਗਰਮ ਕਿਉਂ ਆ, ਤੇ ਹੁਣ ਉਹ ਹੌਲੀ ਹੌਲੀ ਠੰਡਾ ਕਿਉਂ ਹੁੰਦੇ ਜਾ ਰਿਹਾ, ਅਤੇ ਜਿਹੜਾ ਆਪਣਾ ਅਰਥ ਆ ਉਹ ਕਿੱਥੋਂ ਆਇਆ, ਉਸਦੀ ਜਿਹੜੀ ਉਤਪਤੀ ਕਿੱਥੋਂ ਹੋਈ, ਉਸਦੀ ਉਤਪਤੀ ਸੂਰਜ ਤੋਂ ਹੋਈ, ਅਤੇ ਜਿਹੜਾ ਆਪਣਾ ਚੰਦਰਮਾ ਵਾ ਉਸਦੀ ਉਤਪਤੀ ਕਿੱਥੋਂ ਹੋਈ, ਉਸਦੀ ਉਤਪਤੀ ਆਪਣੇ ਅਰਥ ਤੋਂ ਹੋਈ, ਕਿਉਂਕਿ ਉਹ ਜਿਹੜਾ ਚੰਦਰਮਾ ਵਾ ਉਹ ਆਪਣੇ ਅਰਥ ਦਾ ਹੀ ਇੱਕ ਟੁੱਟਿਆ ਹੋਇਆ ਟੁਕੜਾ ਵਾ। ਠੀਕ ਹੈ ਜੀ, ਅਤੇ ਇਸ ਲਈ ਉਸਨੂੰ ਆਪਣਾ ਉਪਗ੍ਰਹਿ ਵੀ ਮੰਨਿਆ ਜਾਂਦਾ ਵਾ ਅਰਥ ਦਾ। ਤੇ ਦੋਸਤੋ, ਆਲ ਓਵਰ ਗੱਲ ਇਹ ਆ ਕਿ ਜਿਹੜਾ ਸਾਡਾ ਰਾਈਟਰ ਆ ਉਹ ਇਸ ਚੈਪਟਰ ਦੇ ਵਿੱਚ ਸਾਨੂੰ ਸੌਰ ਮੰਡਲ ਬਾਰੇ ਦੱਸੂਗਾ, ਯਾਨੀ ਕਿ ਸੋਲਰ ਸਿਸਟਮ ਬਾਰੇ ਦੱਸੂਗਾ। ਠੀਕ ਹੈ ਦੋਸਤੋ, ਤੇ ਦੋਸਤੋ ਜਿਹੜਾ ਰਾਈਟਰ ਆ ਉਹ ਆਪਣੀ ਧੀ ਨੂੰ ਲਿਖ ਰਿਹਾ ਲੈਟਰ ਦੇ ਵਿੱਚ ਕਿ ਤੂੰ ਜਾਣਦੀ ਹੈ ਜਿਹੜਾ ਧਰਤੀ ਆ ਉਹ ਸੂਰਜ ਦੇ ਚਾਰੇ ਪਾਸੇ ਘੁੰਮ ਰਿਹਾ ਵਾ, ਅਤੇ ਜਿਹੜਾ ਚੰਨ ਆ ਯਾਨੀ ਕਿ ਜਿਹੜਾ ਚੰਦਰਮਾ ਵਾ ਉਹ ਧਰਤੀ ਦੇ ਚਾਰੇ ਪਾਸੇ ਘੁੰਮ ਰਿਹਾ ਵਾ। ਤੇ ਦੋਸਤੋ ਜਿਹੜਾ ਰਾਈਟਰ ਆ ਉਹ ਕਹਿੰਦਾ ਕਿ ਧਰਤੀ ਦੇ ਵਾਂਗ ਹੀ ਹੋਰ ਵੀ ਪਲੈਨਟਸ ਨੇ ਜੋ ਕਿ ਸੂਰਜ ਦਾ ਚੱਕਰ ਲਗਾਉਂਦੇ ਹਨ। ਠੀਕ, ਇਹਨਾਂ ਸਾਰਿਆਂ ਨੂੰ ਸਾਡੀ ਧਰਤੀ ਸਮੇਤ ਸੂਰਜ ਦਾ ਗ੍ਰਹਿ ਕਿਹਾ ਜਾਂਦਾ ਵਾ। ਤੇ ਦੋਸਤੋ ਜਿਹੜੇ ਹੋਰ ਗ੍ਰਹਿ ਨੇ ਉਹਨਾਂ ਦੇ ਵੀ ਵੱਖ ਵੱਖ ਉਪਗ੍ਰਹਿ ਨੇ। ਠੀਕ ਹੈ ਜੀ, ਅਤੇ ਦੋਸਤੋ ਹੁਣ ਆਲ ਓਵਰ ਗੱਲ ਇਹ ਆ ਕਿ ਸੂਰਜ ਅਤੇ ਜਿਹੜੇ ਗ੍ਰਹਿ ਨੇ, ਠੀਕ ਹੈ ਜੀ, ਅਤੇ ਫਿਰ ਜਿਹੜੇ ਗ੍ਰਹਿਆਂ ਦੇ ਜਿਹੜੇ ਉਪਗ੍ਰਹਿ ਨੇ ਉਹਨਾਂ ਦੇ ਸਮੇਤ ਇੱਕ ਖੁਸ਼ਹਾਲ ਪਰਿਵਾਰ ਬਣਾਉਂਦੇ ਨੇ। ਠੀਕ ਹੈ ਜੀ, ਅਤੇ ਇਸ ਪਰਿਵਾਰ ਨੂੰ ਹੀ ਸੋਲਰ ਸਿਸਟਮ ਕਿਹਾ ਜਾਂਦਾ ਵਾ। ਤੇ ਦੋਸਤੋ ਸੋਲਰ ਦਾ ਮਤਲਬ ਹੁੰਦਾ ਵਾ ਸੂਰਜ ਨਾਲ ਸੰਬੰਧ ਰੱਖਣ ਵਾਲਾ। ਠੀਕ ਹੈ ਜੀ, ਤੇ ਸੂਰਜ ਨਾਲ ਹੁਣ ਸੰਬੰਧ ਕੌਣ ਰੱਖਦੇ ਨੇ? ਜਿਹੜੇ ਗ੍ਰਹਿ ਨੇ, ਜਿਹੜੇ ਦੋਸਤੋ ਆਪਣੇ ਅਰਥ ਹੋ ਗਿਆ, ਵੀਨਸ ਹੋ ਗਏ, ਪਲੂਟੋ ਹੋ ਗਏ, ਇਸ ਤਰ੍ਹਾਂ ਦੇ ਜਿਹੜੇ ਗ੍ਰਹਿ ਨੇ ਉਹ ਸੂਰਜ ਨਾਲ ਸੰਬੰਧ ਰੱਖਦੇ ਆ। ਠੀਕ ਹੈ, ਇਸ ਲਈ ਜਿਹੜਾ ਸੂਰਜ ਆ ਉਹ ਸਭ ਗ੍ਰਹਿ ਦਾ ਪਿਤਾ ਵਾ। ਇਸ ਲਈ ਦੋਸਤੋ ਪੂਰੇ ਸਮੂਹ ਨੂੰ ਸੌਰ ਮੰਡਲ ਕਿਹਾ ਜਾਂਦਾ ਵਾ। ਤੇ ਦੋਸਤੋ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਇੱਕ ਇੱਥੇ ਫਾਦਰ ਆ ਉਹ ਆਪਣੀ ਧੀ ਨੂੰ ਇੱਕ ਲੈਟਰ ਲਿਖ ਰਿਹਾ ਵਾ। ਤੇ ਦੋਸਤੋ ਹੁਣ ਉਹ ਲਿਖਦਾ ਕਿ ਤੂੰ ਰਾਤ ਦੇ ਸਮੇਂ ਆਕਾਸ਼ ਵਿੱਚ ਹਜ਼ਾਰੇ ਤਾਰਿਆਂ ਨੂੰ ਦੇਖਦੀ ਹੋਗੀ, ਕੀ ਤੈਨੂੰ ਪਤਾ ਕਿ ਜਿਹੜੇ ਤਾਰੇ ਅਤੇ ਗ੍ਰਹਿਆਂ ਵਿੱਚ ਕੀ ਫਰਕ ਹੁੰਦਾ ਵਾ? ਜਿਹੜੇ ਗ੍ਰਹਿ ਹੁੰਦੇ ਨੇ ਉਹ ਤਾਰਿਆਂ ਦੀ ਕੰਪੈਰੀਜ਼ਨ ਵਿਦ ਛੋਟੇ ਹੁੰਦੇ ਨੇ, ਯਾਨੀ ਕਿ ਦੋਸਤੋ ਜਿਹੜੇ ਗ੍ਰਹਿ ਨੇ ਉਹ ਛੋਟੇ ਨੇ ਕੰਪੈਰੀਜ਼ਨ ਵਿਦ ਤਾਰੇ। ਠੀਕ ਹੈ ਜੀ, ਕਿਉਂਕਿ ਦੋਸਤੋ ਜਿਹੜਾ ਗ੍ਰਹਿ ਆ ਉਹ ਆਪਾਂ ਨੂੰ ਇੱਥੋਂ ਤਾਂ ਵੱਡਾ ਦਿਖਾਈ ਦਿੰਦਾ ਹੋਊਗਾ ਜਦੋਂ ਤੁਸੀਂ ਧਰਤੀ ਤੋਂ ਦੇਖਦੇ ਹੋ ਗ੍ਰਹਿ ਨੂੰ ਕੋਈ ਵੀ, ਯਾਨੀ ਕਿ ਜਦੋਂ ਤੁਸੀਂ ਸੂਰਜ ਨੂੰ ਦੇਖਦੇ ਹੋ, ਚੰਦ ਨੂੰ ਦੇਖਦੇ ਹੋ, ਤਾਂ ਤੁਹਾਨੂੰ ਉਹ ਵੱਡਾ ਦਿਖਾਈ ਦਿੰਦਾ ਵਾ ਐਜ਼ ਅ ਕੰਪੈਰੀਜ਼ਨ ਟੂ ਤਾਰੇ, ਤੇ ਜਦੋਂ ਆਪਾਂ ਤਾਰੇ ਨੂੰ ਦੇਖਦੇ ਹਾਂ ਉਹ ਛੋਟੇ ਛੋਟੇ ਦਿਖਾਈ ਦਿੰਦੇ ਹੁੰਦੇ ਆ ਰਾਤ ਨੂੰ। ਠੀਕ ਹੈ ਜੀ, ਦੋਸਤੋ ਇਸਦਾ ਕਾਰਨ ਇਹ ਆ ਕਿ ਜਿਹੜੇ ਗ੍ਰਹਿ ਨੇ ਉਹ ਨੇੜੇ ਨੇ ਅਰਥ ਦੇ, ਠੀਕ ਹੈ ਜੀ, ਅਤੇ ਜਿਹੜੇ ਦੂਸਰੇ ਆਪਣੇ ਤਾਰੇ ਨੇ ਉਹ ਬਹੁਤ ਹੀ ਜ਼ਿਆਦਾ ਦੂਰ ਨੇ, ਠੀਕ ਹੈ ਜੀ, ਅਰਥ ਤੋਂ, ਇਸ ਲਈ ਉਹ ਆਪਾਂ ਨੂੰ ਛੋਟੇ ਛੋਟੇ ਦਿਖਾਈ ਦਿੰਦੇ ਨੇ, ਉਹ ਬਹੁਤ ਹੀ ਜ਼ਿਆਦਾ ਦੂਰ ਨੇ ਜਿਹੜੇ ਦੂਸਰੇ ਆਪਣੇ ਗ੍ਰਹਿ ਨੇ, ਸੂਰਜ, ਚੰਦ ਅਤੇ ਹੋਰ ਜਿਹੜੇ ਗ੍ਰਹਿ ਨੇ ਉਹ ਇਸ ਲਈ ਆਪਾਂ ਨੂੰ ਵੱਡੇ ਵੱਡੇ ਦਿਖਾਈ ਦਿੰਦੇ ਆ ਕਿਉਂਕਿ ਉਹ ਸਾਡੇ ਨੇੜੇ ਨੇ, ਬਾਕੀ ਜਿਹੜੇ ਤਾਰੇ ਆ ਉਹ ਬਹੁਤ ਹੀ ਜ਼ਿਆਦਾ ਦੂਰ ਨੇ, ਇਸ ਲਈ ਆਪਾਂ ਨੂੰ ਛੋਟੇ ਛੋਟੇ ਦਿਖਾਈ ਦਿੰਦੇ ਆ। ਤੇ ਦੋਸਤੋ ਹੁਣ ਆਲ ਓਵਰ ਗੱਲ ਇਹ ਆ ਕਿ ਜੇਕਰ ਆਪਾਂ ਤਾਰੇ ਅਤੇ ਗ੍ਰਹਿ ਵਿੱਚ ਫਰਕ ਜਾਣਨਾ ਵਾ ਤਾਂ ਉਸਦਾ ਜਿਹੜਾ ਅਸਲੀ ਤਰੀਕਾ ਇਹ ਆ ਕਿ ਉਹ ਟਿਮਟਮਾਉਂਦੇ ਹਨ ਜਾਂ ਨਹੀਂ। ਦੋਸਤੋ ਜਿਹੜੇ ਤਾਰੇ ਨੇ ਉਹ ਟਿਮਟਮਾਉਂਦੇ ਹਨ, ਠੀਕ ਹੈ, ਪਰ ਜਿਹੜੇ ਗ੍ਰਹਿ ਨੇ ਉਹ ਟਿਮਟਮਾਉਂਦੇ ਨਹੀਂ ਹੈਗੇ।
ਇਹ ਇਸ ਲਈ ਆ ਕਿਉਂਕਿ ਦੋਸਤੋ ਦੇਖੋ ਜਿਹੜਾ ਗ੍ਰਹਿ ਆ ਉਹ ਕੇਵਲ ਚਮਕਦੇ ਹਨ, ਠੀਕ ਹੈ ਜੀ, ਅਤੇ ਜਿਹੜੇ ਤਾਰੇ ਨੇ ਉਹ ਟਿਮਟਿਮਾਉਂਦੇ ਨੇ। ਉਹ ਜਿਹੜਾ ਗ੍ਰਹਿ ਆ ਉਹ ਇਸ ਲਈ ਮਤਲਬ ਚਮਕਦਾ ਵਾ ਕਿਉਂਕਿ ਦੋਸਤੋ ਜਿਹੜਾ ਸੂਰਜ ਦਾ ਉਸ ਤੇ ਨਾ ਪ੍ਰਕਾਸ਼ ਪੈਂਦਾ ਵਾ, ਯਾਨੀ ਕਿ ਜਿਹੜੇ ਆਪਣੇ ਗ੍ਰਹਿ ਨੇ ਉਹ ਸੂਰਜ ਤੋਂ ਪ੍ਰਕਾਸ਼ ਗ੍ਰਹਿਣ ਕਰਦੇ ਨੇ, ਠੀਕ ਹੈ ਦੋਸਤੋ। ਅਤੇ ਜਿਹੜੇ ਗ੍ਰਹਿ ਤੇ ਜਿਹੜੇ ਚੰਦਰਮਾ ਨੇ ਉਹ ਸਿਰਫ ਸੂਰਜ ਦੀ ਰੋਸ਼ਨੀ ਹੁੰਦੀ ਹੈ ਉਹਨਾਂ ਤੇ, ਠੀਕ ਹੈ ਜੀ, ਉਹ ਇਸ ਲਈ ਮਤਲਬ ਪ੍ਰਕਾਸ਼ ਦਿੰਦੇ ਨੇ, ਇੰਨਾ ਚਮਕਦੇ ਨੇ। ਪਰ ਦੋਸਤੋ ਜਿਹੜਾ ਸਾਡਾ ਤਾਰਾ ਵਾ ਉਹ ਸੂਰਜ ਵਾਂਗ ਹੀ ਹੁੰਦਾ ਵਾ, ਠੀਕ ਹੈ ਜੀ, ਉਹ ਆਪਣੇ ਹੀ ਆਪ ਨਾਲ ਮਤਲਬ ਚਮਕਦੇ ਹਨ। ਉਹ ਤੇ ਕਿਤੇ ਵੀ ਮਤਲਬ ਜਿਹੜਾ ਤਾਰਾ ਵਾ ਉਸ ਤੇ ਕਿਸੇ ਦਾ ਵੀ ਇਫੈਕਟ ਨਹੀਂ ਪੈਂਦਾ, ਉਹ ਸਿਰਫ ਆਪਣੇ ਆਪ ਵਿੱਚ ਹੀ ਚਮਕਦਾ, ਜਿਵੇਂ ਕਿ ਸੂਰਜ ਚਮਕਦਾ ਨਾ ਆਪਣੇ ਆਪ ਹੀ, ਉਸੇ ਤਰ੍ਹਾਂ ਜਿਹੜੇ ਆਪਣੇ ਤਾਰੇ ਨੇ ਉਹ ਚਮਕਦੇ ਨੇ, ਠੀਕ ਹੈ ਜੀ, ਕਿਉਂਕਿ ਉਹ ਬਹੁਤ ਜ਼ਿਆਦਾ ਗਰਮ ਨੇ, ਠੀਕ ਹੈ, ਉਹ ਜਲ ਰਹੇ ਨੇ। ਅਸਲ ਵਿੱਚ ਦੋਸਤੋ ਜਿਹੜਾ ਸਾਡਾ ਸੂਰਜ ਖੁਦ ਇੱਕ ਤਾਰਾ ਵਾ, ਠੀਕ ਹੈ ਦੋਸਤੋ, ਕੇਵਲ ਜ਼ਿਆਦਾ ਵੱਡਾ ਦਿਖਾਈ ਦਿੰਦਾ ਵਾ, ਅਤੇ ਜਿਹੜੇ ਤਾਰੇ ਨੇ ਉਹ ਸਾਡੇ ਤੋਂ ਬਹੁਤ ਦੂਰ ਨੇ, ਇਸ ਲਈ ਆਪਾਂ ਨੂੰ ਉਹ ਮਤਲਬ ਛੋਟੇ ਛੋਟੇ ਦਿਖਾਈ ਦਿੰਦੇ ਨੇ, ਠੀਕ ਹੈ, ਤੇ ਜਿਹੜਾ ਸੂਰਜ ਆ ਉਹ ਸਾਡੇ ਨੇੜੇ ਆ, ਇਸ ਲਈ ਆਪਾਂ ਨੂੰ ਉਹ ਵੱਡਾ ਦਿਖਾਈ ਦਿੰਦਾ ਐਜ਼ ਅ ਕੰਪੈਰੀਜ਼ਨ ਟੂ ਤਾਰੇ। ਤੇ ਦੋਸਤੋ ਅਸੀਂ ਇਸ ਨੂੰ ਅੱਗ ਦੀ ਵਿਸ਼ਾਲ ਗੇਂਦ ਵਾਂਗ ਦੇਖਦੇ ਹਾਂ, ਜਿਹੜਾ ਸੂਰਜ ਆ ਉਸ ਨੂੰ। ਤੇ ਦੋਸਤੋ ਜਿਹੜੀ ਆਪਣੀ ਇਹ ਧਰਤੀ ਆ ਇਹ ਬਹੁਤ ਹੀ ਜ਼ਿਆਦਾ ਵੱਡੀ ਆ ਅਤੇ ਬਹੁਤ ਜ਼ਿਆਦਾ ਹੀ ਵਿਸ਼ਾਲ ਆ। ਤੇ ਦੋਸਤੋ ਸਾਨੂੰ ਰੇਲ ਗੱਡੀ ਜਾਂ ਕਿਸੇ ਸਟੀਮਰ ਦੁਆਰਾ ਇੱਕ ਭਾਗ ਤੋਂ ਦੂਜੇ ਭਾਗ ਤੱਕ ਪਹੁੰਚਣ ਲਈ ਸਾਨੂੰ ਦੋਸਤੋ ਕਈ ਹਫ਼ਤੇ ਕਈ ਮਹੀਨੇ ਲੱਗ ਜਾਂਦੇ ਨੇ। ਤੇ ਦੋਸਤੋ ਜਿਹੜੀ ਧਰਤੀ ਆ ਉਹ ਸਾਨੂੰ ਬਹੁਤ ਜ਼ਿਆਦਾ ਵੱਡੀ ਲੱਗਦੀ ਆ ਅਤੇ ਬਹੁਤ ਜ਼ਿਆਦਾ ਹੀ ਵਿਸ਼ਾਲ ਦਿਸਦੀ ਆ, ਪਰੰਤੂ ਦੋਸਤੋ ਇਹ ਬਿਲਕੁਲ ਹੀ ਹਵਾ ਵਿੱਚ ਲਟਕਦੇ ਹੋਏ ਧੂੜ ਦੇ ਇੱਕ ਕਣ ਸਮਾਨ ਹੈ। ਸੂਰਜ ਸਾਡੇ ਤੋਂ ਲੱਖਾਂ ਮੀਲ ਦੂਰ ਹੈ ਦੋਸਤੋ, ਠੀਕ ਹੈ, ਅਤੇ ਜਿਹੜੇ ਤਾਰੇ ਨੇ ਉਹ ਇਸ ਤੋਂ ਵੀ ਜ਼ਿਆਦਾ ਦੂਰ ਹਨ, ਯਾਨੀ ਕਿ ਮੀਲਾਂ ਤੋਂ ਮੀਲ ਬਹੁਤ ਜ਼ਿਆਦਾ ਦੂਰ ਹਨ ਜਿਹੜੇ ਤਾਰੇ ਨੇ। ਤੇ ਦੋਸਤੋ ਹੁਣ ਆਲ ਓਵਰ ਗੱਲ ਇਹ ਆ ਕਿ ਜਿਹੜੀ ਧਰਤੀ ਆ ਐਜ਼ ਕੰਪੈਰੀਜ਼ਨ ਟੂ ਤਾਰਾ ਸੂਰਜ ਇਸ ਦੇ ਮੁਕਾਬਲੇ ਛੋਟੀ ਆ, ਇਹ ਗੱਲ ਜਿਹੜਾ ਰਾਈਟਰ ਆ ਉਹ ਇੱਥੇ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵਾ। ਤੇ ਦੋਸਤੋ ਜਿਹੜਾ ਰਾਈਟਰ ਆ ਉਹ ਲਿਖਦਾ ਕਿ ਜਿਹੜੇ ਵਿਗਿਆਨੀ ਲੋਕ ਹੁੰਦੇ ਨੇ ਉਹ ਤਾਰਿਆਂ ਦਾ ਅਧਿਐਨ ਕਰਦੇ ਆ ਅਤੇ ਉਹਨਾਂ ਦੇ ਰਿਗਾਰਡਿੰਗ ਰਿਸਰਚ ਕਰਦੇ ਆ, ਤੇ ਸਾਨੂੰ ਉਹਨਾਂ ਨੇ ਹੀ ਦੱਸਿਆ ਸੀਗਾ ਕਿ ਬਹੁਤ ਸਮਾਂ ਪਹਿਲਾਂ ਜਿਹੜੇ ਆਪਣੇ ਗ੍ਰਹਿ ਅਤੇ ਜਿਹੜੇ ਆਪਣੀ ਧਰਤੀ ਆ ਉਹ ਸੂਰਜ ਦਾ ਹੀ ਇੱਕ ਹਿੱਸਾ ਸੀਗਾ, ਠੀਕ ਹੈ ਦੋਸਤੋ। ਸੂਰਜ ਦੀ ਹਾਲਤ ਉਸ ਸਮੇਂ ਕਿਸ ਤਰ੍ਹਾਂ ਦੀ ਸੀਗੀ ਜਿਵੇਂ ਅੱਜ ਆ, ਯਾਨੀ ਕਿ ਬਹੁਤ ਜ਼ਿਆਦਾ ਗਰਮ। ਦੋਸਤੋ ਇੱਕ ਵਾਰੀ ਕੀ ਹੋਇਆ ਕਿ ਕਿਸੇ ਕਾਰਨ ਕਰਕੇ ਸੂਰਜ ਦੇ ਨਾ ਮਤਲਬ ਕੁਛ ਟੁਕੜੇ ਹੋ ਗਏ, ਯਾਨੀ ਕਿ ਜਿਹੜੇ ਉਸਦੇ ਜਿਹੜੇ ਟੁਕੜੇ ਸੀਗੇ ਸੂਰਜ ਦੇ ਕੁਛ ਟੁਕੜੇ ਸੀਗੇ ਉਹ ਅਲੱਗ ਹੋ ਗਏ, ਠੀਕ ਹੈ ਦੋਸਤੋ। ਫਿਰ ਉਹ ਸੌਰ ਮੰਡਲ ਦੇ ਵਿੱਚ ਇੱਧਰ ਉੱਧਰ ਘੁੰਮਣ ਲੱਗ ਗਏ ਅਤੇ ਉਸਦੇ ਚਾਰੋਂ ਪਾਸੇ ਉਹ ਚੱਕਰ ਲਗਾਉਣ ਲੱਗ ਗਏ, ਠੀਕ ਹੈ ਦੋਸਤੋ। ਅਤੇ ਦੋਸਤੋ ਜਦੋਂ ਸੂਰਜ ਦੇ ਕੁਛ ਟੁਕੜੇ ਇੱਧਰ ਉੱਧਰ ਮਤਲਬ ਘੁੰਮਣ ਲੱਗ ਗਏ ਤਾਂ ਉਹ ਪੂਰੀ ਤਰ੍ਹਾਂ ਨਾਲ ਆਪਣੇ ਪਿਤਾ ਅਰਥਾਤ ਸੂਰਜ ਤੋਂ ਛੁਟਕਾਰਾ ਨਾ ਪਾ ਸਕੇ, ਕਿਉਂਕਿ ਦੋਸਤੋ ਜਿਹੜੇ ਉਹ ਟੁਕੜੇ ਹੋਏ ਸੀਗੇ ਉਹੀ ਤੁਹਾਡੇ ਗ੍ਰਹਿ ਸੀਗੇ, ਠੀਕ ਹੈ ਜੀ। ਅਤੇ ਉਹ ਆਪਣੇ ਪਿਤਾ ਅਰਥਾਤ ਸੂਰਜ ਤੋਂ ਛੁਟਕਾਰਾ ਨਾ ਪਾ ਸਕੇ, ਉਹ ਮਤਲਬ ਸੂਰਜ ਦੇ ਚਾਰੋਂ ਪਾਸੇ ਘੁੰਮਣ ਲੱਗ ਗਏ, ਠੀਕ ਹੈ ਦੋਸਤੋ, ਯਾਨੀ ਕਿ ਉਸਦੇ ਰਾਊਂਡ ਲਗਾਉਣ ਲੱਗੇ ਸੂਰਜ ਦੇ ਆਲੇ ਦੁਆਲੇ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਉਹਨਾਂ ਨਾਲ ਇੱਕ ਰੱਸੀ ਬੰਨ੍ਹ ਦਿੱਤੀ ਗਈ ਹੋਵੇ ਅਤੇ ਉਹ ਤੇਜ਼ੀ ਨਾਲ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਣ ਲੱਗੇ। ਅਤੇ ਦੋਸਤੋ ਇਹ ਅਦਭੁਤ ਬਲ ਜਿਸ ਦੀ ਤੁਲਨਾ ਮੈਂ ਰੱਸੀ ਨਾਲ ਕੀਤੀ ਆ, ਇਹ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਹੜਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੱਡੀਆਂ ਚੀਜ਼ਾਂ ਵੱਲ ਖਿੱਚ ਲੈਂਦਾ ਵਾ, ਅਤੇ ਇਹੀ ਉਹ ਬਲ ਹੈ ਜਿਹੜਾ ਚੀਜ਼ਾਂ ਨੂੰ ਆਪਣੇ ਭਾਰ ਕਰਕੇ ਡਿੱਗਣ ਲਈ ਮਜਬੂਰ ਕਰ ਦਿੰਦਾ। ਅਤੇ ਦੋਸਤੋ ਜਿਹੜੀ ਧਰਤੀ ਹੈ ਸਾਡੇ ਨੇੜੇ ਸਭ ਤੋਂ ਵੱਡੀ ਚੀਜ਼ ਹੋਣ ਕਰਕੇ ਸਾਡੀਆਂ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। ਅਤੇ ਦੋਸਤੋ ਇਸ ਤਰ੍ਹਾਂ ਜਿਹੜੀ ਸਾਡੀ ਧਰਤੀ ਸੀਗੀ ਉਹ ਸੂਰਜ ਤੋਂ ਛਿਟਕ ਗਈ, ਯਾਨੀ ਕਿ ਸੂਰਜ ਤੋਂ ਇੱਕ ਹਿੱਸਾ ਨਿਕਲਿਆ ਅਤੇ ਧਰਤੀ ਦੇ ਵਿੱਚ ਤਬਦੀਲ ਹੋ ਗਿਆ, ਠੀਕ ਹੈ ਦੋਸਤੋ। ਇਸ ਦੇ ਚਾਰੇ ਪਾਸੇ ਇੱਕ ਨਾ ਗਰਮ ਗੈਸਾਂ ਅਤੇ ਹਵਾ ਫੈਲ ਗਈਆਂ ਅਤੇ ਜਿਸ ਦੇ ਕਾਰਨ ਦੋਸਤੋ ਇਹ ਬਹੁਤ ਹੀ ਜ਼ਿਆਦਾ ਗਰਮ ਰਿਹਾ ਹੋਵੇਗਾ, ਕਿਉਂਕਿ ਦੋਸਤੋ ਇਹ ਸੂਰਜ ਤੋਂ ਨਿਕਲਿਆ ਸੀਗਾ, ਗਰਮ ਤਾਂ ਹੋਣਾ ਹੀ ਆ, ਇਹ ਗੱਲ ਤਾਂ ਸਿੰਪਲ ਆ। ਅਤੇ ਦੋਸਤੋ ਉਸ ਤੋਂ ਬਾਅਦ ਕੀ ਹੋਇਆ, ਇਹ ਨਾ ਬਹੁਤ ਹੀ ਜ਼ਿਆਦਾ ਛੋਟਾ ਸੀਗਾ ਸੂਰਜ ਦੇ ਕੰਪੈਰੀਜ਼ਨ ਦੇ ਵਿੱਚ, ਇਹ ਬਹੁਤ ਹੀ ਜ਼ਿਆਦਾ ਛੋਟਾ ਸੀਗਾ, ਉਹ ਇਸ ਲਈ ਨਾ ਇਹ ਠੰਡਾ ਸ਼ੁਰੂ ਹੋਣ ਲੱਗ ਗਿਆ, ਠੀਕ ਹੈ। ਅਤੇ ਜਿਹੜਾ ਸੂਰਜ ਸੀਗਾ ਉਹ ਵੀ ਬਹੁਤ ਜ਼ਿਆਦਾ ਗਰਮ ਸੀਗਾ, ਠੀਕ ਹੈ ਜੀ, ਉਹ ਵੀ ਹੌਲੀ ਹੌਲੀ ਠੰਡਾ ਹੋਣ ਲੱਗ ਗਿਆ। ਪਰ ਦੋਸਤੋ ਹਜੇ ਜਿਹੜਾ ਸੂਰਜ ਆ ਉਸ ਨੂੰ ਪੂਰਾ ਠੰਡਾ ਹੋਣ ਲਈ ਲੱਖਾਂ ਸਾਲ ਲੱਗਣਗੇ। ਪਰ ਦੋਸਤੋ ਜਿਹੜੀ ਆਪਣੀ ਧਰਤੀ ਸੀਗੀ ਉਸਨੇ ਠੰਡਾ ਹੋਣ ਲਈ ਬਹੁਤ ਹੀ ਘੱਟ ਸਮਾਂ ਲਿੱਤਾ ਕੰਪੈਰੀਜ਼ਨ ਵਿਦ ਸੂਰਜ, ਠੀਕ ਹੈ ਦੋਸਤੋ। ਜਦੋਂ ਸੂਰਜ ਜਿਹੜੀ ਆਪਣੀ ਧਰਤੀ ਆ ਉਹ ਗਰਮ ਸੀਗੀ ਨਾ, ਤਾਂ ਉਸ ਵਕਤ ਇੱਥੇ ਕੋਈ ਵੀ ਜੀਵਿਤ ਨਹੀਂ ਰਹਿ ਸਕਦਾ ਸੀਗਾ, ਨਾ ਹੀ ਮਨੁੱਖ, ਨਾ ਹੀ ਕੋਈ ਜਾਨਵਰ, ਨਾ ਹੀ ਕੋਈ ਪੌਦਾ, ਨਾ ਹੀ ਕੋਈ ਦਰਖਤ, ਠੀਕ ਹੈ ਦੋਸਤੋ। ਅਗਰ ਉਸ ਵਕਤ ਕੋਈ ਉੱਚ ਹੁੰਦਾ ਤਾਂ ਦੋਸਤੋ ਉਹ ਸਾਰਾ ਕੁਛ ਭਸਮ ਹੋ ਜਾਂਦਾ। ਅਤੇ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸੂਰਜ ਦੇ ਇੱਕ ਟੁਕੜੇ ਤੋਂ ਹੀ ਧਰਤੀ ਬਣੀ, ਅਤੇ ਦੋਸਤੋ ਜਿਹੜੀ ਧਰਤੀ ਦਾ ਇੱਕ ਟੁਕੜਾ ਉਸ ਤੋਂ ਅਲੱਗ ਹੋ ਗਿਆ ਅਤੇ ਚੰਨ ਬਣ ਗਿਆ, ਯਾਨੀ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਪਹਿਲਾਂ ਜਿਹੜਾ ਸੂਰਜ ਸੀਗਾ ਉਸਦਾ ਇੱਕ ਟੁਕੜਾ ਆਇਆ, ਠੀਕ ਹੈ ਜੀ, ਉਹ ਧਰਤੀ ਸੀ, ਠੀਕ ਹੈ ਜੀ, ਅਤੇ ਜਿਹੜਾ ਧਰਤੀ ਸੀਗੀ ਧਰਤੀ ਦਾ ਇੱਕ ਟੁਕੜਾ ਹੋਇਆ, ਠੀਕ ਹੈ ਜੀ, ਉਹ ਚੰਦ ਬਣ ਗਿਆ। ਅਤੇ ਦੋਸਤੋ ਉਸਨੂੰ ਉਪਗ੍ਰਹਿ ਕਿਹਾ ਜਾਂਦਾ ਵਾ, ਠੀਕ ਹੈ ਜੀ, ਆਪਣੇ ਅਰਥ ਦਾ ਉਪਗ੍ਰਹਿ ਹੈਗਾ ਵਾ ਚੰਦ। ਅਤੇ ਦੋਸਤੋ ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਆ ਕਿ ਜਿਹੜਾ ਆਪਣਾ ਚੰਦਰਮਾ ਵਾ ਉਹ ਇੱਕ ਵਿਸ਼ਾਲ ਖੱਡੇ ਤੋਂ ਨਿਕਲਿਆ ਵਾ, ਜਿਹੜਾ ਕਿ ਵਰਤਮਾਨ ਸਮੇਂ ਵਿੱਚ ਅਮਰੀਕਾ ਅਤੇ ਜਪਾਨ ਵਿਚਾਲੇ ਸਥਿਤ ਪ੍ਰਸ਼ਾਂਤ ਮਹਾਂਸਾਗਰ ਹੈ।
ਤੇ ਦੋਸਤੋ ਇਸ ਤਰ੍ਹਾਂ ਜਿਹੜੀ ਧਰਤੀ ਸੀਗੀ ਉਹ ਠੰਡੀ ਹੋਣੀ ਸ਼ੁਰੂ ਹੋ ਗਈ। ਅਜਿਹਾ ਕਰਨ ਵਿੱਚ ਉਸ ਨੂੰ ਲੰਬਾ ਸਮਾਂ ਲੱਗ ਗਿਆ ਤੇ ਦੋਸਤੋ ਜਿਹੜੀ ਧਰਤੀ ਦੀ ਜਿਹੜੀ ਸਤਹਿ ਸੀਗੀ ਉਹ ਠੰਡੀ ਹੋ ਗਈ, ਪਰ ਦੋਸਤੋ ਜਿਹੜਾ ਉਸ ਦਾ ਅੰਦਰੂਨੀ ਭਾਗ ਸੀਗਾ ਧਰਤੀ ਦਾ ਉਹ ਗਰਮ ਰਿਹਾ। ਅੱਜ ਵੀ ਜੇਕਰ ਦੋਸਤੋ ਤੁਸੀਂ ਕੋਲੇ ਦੀ ਖਾਨ ਵਿੱਚ ਜਾਓਗੇ ਤਾਂ ਤੁਸੀਂ ਹੋਰ ਹੇਠਾਂ ਵੱਲ ਜਾਂਦੇ ਰਹੋਗੇ ਤਾਂ ਦੋਸਤੋ ਇਹ ਜ਼ਿਆਦਾ ਔਰ ਜ਼ਿਆਦਾ ਗਰਮ ਹੁੰਦੀ ਜਾਂਦੀ ਹੈ। ਸ਼ਾਇਦ ਜੇਕਰ ਦੋਸਤੋ ਤੁਸੀਂ ਧਰਤੀ ਦੇ ਅੰਦਰ ਕਾਫੀ ਡੂੰਘਾਈ ਵਿੱਚ ਜਾ ਸਕੋ ਤਾਂ ਉਹ ਤੁਹਾਨੂੰ ਲਾਲ ਅਤੇ ਤਪਦੀ ਹੋਈ ਮਿਲੇਗੀ। ਤੇ ਦੋਸਤੋ ਜਿਹੜਾ ਆਪਣਾ ਚੰਦਰਮਾ ਸੀਗਾ ਉਹ ਠੰਡਾ ਹੋਣਾ ਵੀ ਸ਼ੁਰੂ ਹੋ ਗਿਆ, ਕਿਉਂਕਿ ਦੋਸਤੋ ਉਹ ਧਰਤੀ ਤੋਂ ਵੀ ਜ਼ਿਆਦਾ ਛੋਟਾ ਸੀ। ਉਹ ਧਰਤੀ ਦੀ ਤੁਲਨਾ ਵਿੱਚ ਛੇਤੀ ਠੰਡਾ ਹੋ ਗਿਆ, ਕਿਉਂਕਿ ਦੋਸਤੋ ਉਹ ਮਤਲਬ ਧਰਤੀ ਤੋਂ ਛੋਟਾ, ਇਸ ਲਈ ਉਹ ਠੰਡਾ, ਇਸ ਲਈ ਜਲਦੀ ਹੋ ਗਿਆ ਧਰਤੀ ਦੇ ਕੰਪੈਰੀਜ਼ਨ। ਤੇ ਦੋਸਤੋ ਹੁਣ ਉਹ ਬਹੁਤ ਹੀ ਜ਼ਿਆਦਾ ਮਤਲਬ ਆਨੰਦਦਾਇਕ ਢੰਗ ਨਾਲ ਠੰਡਾ ਦਿਸਦਾ ਹੈ, ਕਿਉਂਕਿ ਆਪਾਂ ਦੂਰ ਤੋਂ ਵੀ ਦੇਖਦੇ ਹਾਂ ਤਾਂ ਉਹ ਦੋਸਤੋ ਸਾਨੂੰ ਵਾਈਟ ਵਾਈਟ ਕਲਰ ਦਾ ਦਿਖਾਈ ਦਿੰਦਾ। ਤੇ ਦੋਸਤੋ ਇਸ ਨੂੰ ਆਪਾਂ ਠੰਡਾ ਚੰਦਰਮਾ ਕਿਹਾ ਜਾਂਦਾ ਹੈ। ਸ਼ਾਇਦ ਇਹ ਹਿਮ ਨਦੀਆਂ ਅਤੇ ਬਰਫ਼ ਦੇ ਮੈਦਾਨਾਂ ਨਾਲ ਭਰਿਆ ਹੋਇਆ ਹੈ। ਤੇ ਦੋਸਤੋ ਜਦੋਂ ਧਰਤੀ ਠੰਡੀ ਹੋਈ ਤਾਂ ਹਵਾ ਵਿੱਚ ਮੌਜੂਦ ਸਾਰੇ ਜਿਹੜੇ ਜਲ ਵਾਸ਼ਪ ਸੀਗੇ, ਠੀਕ ਹੈ ਦੋਸਤੋ, ਉਹ ਕੰਨ ਸੰਘਣੇ ਹੋ ਕੇ ਪਾਣੀ ਬਣ ਗਏ ਅਤੇ ਵਰਖਾ ਹੋਈ ਅਤੇ ਹੇਠਾਂ ਵੱਲ ਡਿੱਗ ਗਈ, ਯਾਨੀ ਕਿ ਧਰਤੀ ਦੇ ਵਿੱਚ ਗਿਰੇ ਪਾਣੀ। ਤੇ ਦੋਸਤੋ ਉਸ ਸਮੇਂ ਬਹੁਤ ਹੀ ਜ਼ਿਆਦਾ ਵਰਖਾ ਹੋਈ ਹੋਣੀ ਆ, ਠੀਕ ਹੈ ਦੋਸਤੋ, ਤਾਂ ਹੀ ਜਿਹੜੇ ਦੋਸਤੋ ਜਿਹੜੇ ਪਾਣੀ ਨੇ ਧਰਤੀਆਂ ਦੇ ਜਿਹੜੇ ਸਾਰੇ ਟੋਇਆਂ ਨੂੰ ਭਰ ਦਿੱਤਾ, ਯਾਨੀ ਕਿ ਦੋਸਤੋ ਜਿਹੜੇ ਵੀ ਧਰਤੀ ਦੇ ਵਿੱਚ ਜਿਹੜੇ ਟੋਏ ਸੀਗੇ ਦੋਸਤੋ ਉਸ ਵਰਖਾ ਨੇ ਸਾਰੇ ਟੋਇਆਂ ਨੂੰ ਭਰ ਦਿੱਤਾ, ਠੀਕ ਹੈ ਦੋਸਤੋ। ਇਸ ਤਰ੍ਹਾਂ ਦੋਸਤੋ ਵਿਸ਼ਾਲ ਮਹਾਸਾਗਰ ਅਤੇ ਸਮੁੰਦਰਾਂ ਦੀ ਰਚਨਾ ਹੋਈ। ਤੇ ਦੋਸਤੋ ਜਿਵੇਂ ਜਿਵੇਂ ਧਰਤੀ ਹੋਰ ਠੰਡੀ ਹੋਈ ਅਤੇ ਮਹਾਸਾਗਰ ਵੀ ਜ਼ਿਆਦਾ ਠੰਡੇ ਹੋਏ ਤਾਂ ਧਰਤੀ ਦੀ ਜਿਹੜੀ ਸਤਹਿ ਸੀਗੀ ਦੋਸਤੋ ਅਤੇ ਸਮੁੰਦਰ ਵਿੱਚ ਜੀਵਾਂ ਦਾ ਰਹਿਣਾ ਸੰਭਵ ਹੁੰਦਾ ਗਿਆ। ਤੇ ਦੋਸਤੋ ਇੱਥੇ ਤੁਹਾਡਾ ਹੁਣ ਚੈਪਟਰ ਖਤਮ ਹੁੰਦਾ, ਜਿਸਦਾ ਨਾਮ ਸੀਗਾ ਦਾ ਮੇਕਿੰਗ ਆਫ ਦਾ ਅਰਥ। ਠੀਕ ਹੈ ਦੋਸਤੋ, ਹੁਣ ਇਸ ਚੈਪਟਰ ਦੇ ਵਿੱਚ ਦੋਸਤੋ ਆਪਾਂ ਕੀ ਪੜ੍ਹਿਆ? ਦੋਸਤੋ ਇਹ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਕਿ ਇੱਕ ਫਾਦਰ ਆਪਣੀ ਬੇਟੀ ਨੂੰ ਇੱਕ ਚਿੱਠੀ ਲਿਖ ਰਿਹਾ ਵਾ, ਠੀਕ ਹੈ ਜੀ, ਅਤੇ ਜਿਹੜਾ ਇਹ ਤੁਹਾਡਾ ਚੈਪਟਰ ਆ, ਇਹ ਚੈਪਟਰ ਉਸੇ ਚਿੱਠੀ ਦਾ ਇੱਕ ਅੰਸ਼ ਆ। ਤੇ ਦੋਸਤੋ ਉਸਨੇ ਇਹ ਚਿੱਠੀ ਆਪਣੀ ਧੀ ਨੂੰ 1928 ਦੀ ਗਰਮੀਆਂ ਵਿੱਚ ਲਿਖੀਆਂ ਸਨ, ਠੀਕ ਹੈ ਦੋਸਤੋ, ਉਹ ਜਦੋਂ ਮਜ਼ਦੂਰੀ ਗਿਆ ਹੋਇਆ ਸੀਗਾ। ਇਸ ਪਾਰਟ ਵਿੱਚ ਦੋਸਤੋ ਰਾਈਟਰ ਨੇ ਸਾਨੂੰ ਸੋਲਰ ਸਿਸਟਮ ਦਾ ਮਤਲਬ ਜ਼ਿਕਰ ਕੀਤਾ ਵਾ, ਦੱਸਿਆ ਵਾ ਉਸਦੇ ਵਿੱਚ, ਠੀਕ ਹੈ ਦੋਸਤੋ, ਜਿਸ ਨਾਲ ਜਿਹੜੀ ਸਾਡੀ ਧਰਤੀ ਆ ਉਹ ਸੰਬੰਧ ਰੱਖਦੀ ਆ। ਤੇ ਦੋਸਤੋ ਗ੍ਰਹਿ ਅਤੇ ਇੱਕ ਤਾਰੇ ਵਿੱਚ ਕੀ ਅੰਤਰ ਹੁੰਦਾ ਉਹਨੇ ਇਹ ਦੱਸਿਆ ਵਾ, ਉਹ ਧਰਤੀ ਤੋਂ ਸੂਰਜ ਤੋਂ ਅਲੱਗ ਹੋਣ ਤੇ ਅਤੇ ਚੰਦਰਮਾ ਦੇ ਜਿਹੜੀ ਧਰਤੀ ਤੋਂ ਅਲੱਗ ਹੋਣ ਦੇ ਬਾਰੇ ਵਿੱਚ ਵੀ ਦੱਸਦਾ ਵਾ, ਉਹ ਧਰਤੀ ਅਤੇ ਜਿਹੜੇ ਚੰਦਰਮਾ ਦੇ ਹੌਲੀ ਹੌਲੀ ਠੰਡਾ ਹੋਣ ਅਤੇ ਉਸਦੇ ਵੱਡੇ ਵੱਡੇ ਮਹਾਸਾਗਰਾਂ ਤੇ ਬਣਨ ਬਾਰੇ ਵੀ ਦੱਸਦਾ ਵਾ। ਤੇ ਦੋਸਤੋ ਇਹ ਸੀਗਾ ਤੁਹਾਡਾ ਚੈਪਟਰ, ਦੋਸਤੋ ਖਤਮ ਹੋ ਚੁੱਕਿਆ ਵਾ। ਤੇ ਦੋਸਤੋ ਕੱਲ ਕਰਾਂਗੇ ਤੁਹਾਡਾ ਚੈਪਟਰ ਨੰਬਰ 8, ਯਾਨੀ ਕਿ ਤੁਹਾਡਾ ਲਾਸਟ ਚੈਪਟਰ, ਠੀਕ ਹੈ ਜੀ, ਮੇਨ ਕੋਰਸ ਦਾ, ਦਾ ਰੂਲ ਆਫ ਦਾ ਰੋਡ। ਇਸਦੇ ਰਾਈਟਰ ਹੈਗੇ ਤੁਹਾਡੇ ਏਜੀ ਗਾਰਡਨੀਅਰ। ਤੇ ਦੋਸਤੋ ਜਦੋਂ ਆਪਣਾ ਇਹ ਚੈਪਟਰ ਕੱਲ ਖਤਮ ਹੋ ਗਿਆ, ਉਸ ਤੋਂ ਬਾਅਦ ਆਪਾਂ ਕਰਾਂਗੇ ਤੁਹਾਡੇ ਪੋਇਮ ਵਾਲੇ, ਠੀਕ ਹੈ ਜੀ, ਜਦੋਂ ਫਿਰ ਪੋਇਮ ਸਾਰੀ ਖਤਮ ਹੋ ਗਈਆਂ ਉਸ ਤੋਂ ਬਾਅਦ ਤੁਹਾਡਾ ਆਪਾਂ ਕਰਾਂਗੇ ਸਪਲੀਮੈਂਟਰੀ। ਤੇ ਦੋਸਤੋ ਇਹ ਸੀਗਾ ਤੁਹਾਡੇ ਲਈ। ਤੇ ਦੋਸਤੋ ਵੀਡੀਓ ਵਧੀਆ ਲੱਗੀ, ਜੇਕਰ ਤੁਹਾਨੂੰ ਸਮਝ ਆਈ ਤਾਂ ਦੋਸਤੋ ਲਾਈਕ ਜ਼ਰੂਰ ਕਰ ਦਿਓ, ਠੀਕ ਹੈ ਦੋਸਤੋ, ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਹਾਨੂੰ ਕਿੰਨੇ ਕੁ ਜਾਣਿਆਂ ਨੂੰ ਪਸੰਦ ਆ ਰਹੀਆਂ ਨੇ, ਠੀਕ ਹੈ ਜੀ, ਤੁਸੀਂ ਕਿੰਨੇ ਕੁ ਜਾਣੇ ਦੇਖ ਰਹੇ ਹੋ ਅਤੇ ਤੁਹਾਨੂੰ ਕਿੰਨੇ ਕੁ ਜਾਣਿਆਂ ਨੂੰ ਸਮਝ ਆ ਰਹੀਆਂ। ਤੇ ਦੋਸਤੋ ਲਾਈਕ ਜ਼ਰੂਰ ਕਰ ਦਿਓ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਅਤੇ ਅੱਗੇ ਮੈਂ ਵੀ ਵੀਡੀਓ ਵਧੀਆ ਤੋਂ ਵਧੀਆ ਕੋਸ਼ਿਸ਼ ਕਰਾਂ ਤੁਹਾਡੇ ਲਈ ਬਣਾਉਣ। ਠੀਕ ਹੈ ਦੋਸਤੋ, ਕੱਲ ਮਿਲਦੇ ਹਾਂ ਆਪਾਂ ਇੱਕ ਨਵੇਂ ਚੈਪਟਰ ਦੇ ਨਾਲ। ਤੇ ਦੋਸਤੋ ਵੀਡੀਓ ਲਾਈਕ ਜ਼ਰੂਰ ਕਰ ਦਿਓ ਪਲੀਜ਼ ਦੋਸਤੋ, ਠੀਕ ਹੈ, ਮਿਲਦੇ ਆਪਾਂ ਕੱਲ, ਬਾਏ।